ਐਸਸੀ ਵਿਦਿਆਰਥੀਆਂ ਵੱਲੋਂ ਸਾਧੂ ਸਿੰਘ ਧਰਮਸੋਤ ਦੀ ਕੋਠੀ ਦਾ ਘਿਰਾਓ। ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਰਾਸ਼ੀ ਜਾਰੀ ਨਾ ਹੋਣ ਦੇ ਰੋਸ ਵਜੋਂ ਐਸਸੀ ਵਿਦਿਆਰਥੀਆਂ ਨੇ ਕੈਬਨਿਟ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਦੀ ਚੰਡੀਗੜ੍ਹ ਸਥਿਤ ਕੋਠੀ ਦਾ ਘਿਰਾਓ ਕਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਵਿਧਾਇਕ ਪਵਨ ਕੁਮਾਰ ਟੀਨੂੰ, ਫਿਲੌਰ ਤੋਂ ਵਿਧਾਇਕ ਬਲਦੇਵ ਖਹਿਰਾ ਅਤੇ ਬੰਗਾ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਵੀ ਮੌਜੂਦ ਸਨ। ਵਿਦਿਆਰਥੀਆਂ ਦਾ ਕਹਿਣਾ ਸੀ ਕਿ ਕਾਲਜਾਂ ਵੱਲੋਂ ਉਹਨਾਂ ਤੋਂ ਵਾਰ ਵਾਰ ਫੀਸਾਂ ਮੰਗ ਕੇ ਉਹਨਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ। ਇਸ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਰਾਸ਼ੀ ਜਲਦ ਤੋਂ ਜਲਦ ਜਾਰੀ ਕੀਤੀ ਜਾਵੇ। ਅਸੀਂ ਆਪਣਾ ਦੇਣਾ ਹੈ ਮੰਗ ਪੱਤਰ। ਜੇ ਇਹਨਾਂ ਨੇ ਸਾਡੀ, ਹੁਣ ਤਾਂ ਫਿਲਹਾਲ ਸਟੂਡੈਂਟ 200 ਆ, ਜੇ ਇਹਨਾਂ ਨੇ ਸਾਡੀ ਮੰਗ ਨਾ ਜਾਰੀ ਕੀਤੀ, ਸਾਨੂੰ ਫੰਡ ਨਾ ਜਾਰੀ ਕੀਤਾ, ਅਸੀਂ ਹੋਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਟੂਡੈਂਟਸ ਲੈ ਕੇ ਆਵਾਂਗੇ ਅਤੇ ਇੱਥੇ ਧਰਨੇ ਦੇਵਾਂਗੇ। ਠੀਕ ਹੈ ਜੀ, ਰੋਡਸ ਬਲੋਕਸ ਕਰਾਂਗੇ, ਜੋ ਵੀ ਸਾਤੋਂ ਹੋ ਸਕਿਆ ਅਸੀਂ ਉਹ ਕਰਾਂਗੇ। ਠੀਕ ਹੈ ਜੀ, ਇਹਨਾਂ ਦਾ ਨੀਤੀ ਇਹਨਾਂ ਦੀ ਇੱਕ ਹੀ ਆ, ਇਹੀ ਨੀਤੀ ਹੈ ਇਹਨਾਂ ਦੀ ਵੀ ਬੱਚੇ 10ਵੀਂ ਤੱਕ ਰੱਖੀਏ ਤਾਂ ਕਿ ਅੱਗੇ ਪੜ੍ਹ ਨਾ ਸਕਣ, ਕਾਲਜ ਜਾ ਨਾ ਸਕਣ। ਇਹਨਾਂ ਨੇ ਅੱਗੇ ਜੋਬ ਸੀ ਉਹ ਅਫੋਰਡ ਕਰਨੀਆਂ ਨੇ ਵੀ ਜਿਹੜੀਆਂ 10th ਤੋਂ ਉੱਪਰ ਤੱਕ ਹੋਣ। ਜਿਹੜਾ 10th ਤੋਂ ਉੱਪਰ ਜਾਊਗਾ ਸਟੂਡੈਂਟਸ ਕਾਲਜ ਪੜ੍ਹਿਆ ਹੋਊਗਾ ਉਹ ਤਾਂ ਉਹ ਫੋਰਮ ਭਰੂਗਾ, ਬਾਕੀ ਦੂਸਰੇ ਬੱਚੇ ਨਹੀਂ ਭਰਨਗੇ। ਹੁਣ 1 ਲੱਖ ਬੱਚਾ ਜੋ ਕਿ ਕਾਲਜ ਦੇ ਵਿੱਚ ਐਡਮਿਸ਼ਨ ਨਹੀਂ ਲੈ ਸਕਿਆ ਉਹ ਤਾਂ ਨੌਕਰੀ ਲੈ ਹੀ ਨਹੀਂ ਸਕਦਾ, ਫੋਰਮ ਭਰ ਹੀ ਨਹੀਂ ਸਕਦਾ, 10ਵੀਂ ਤੋਂ ਬਾਅਦ ਉਹ ਕਿਵੇਂ ਫੋਰਮ ਫਿੱਲ ਕਰ ਦੂਗਾ ਜੀ। ਇਸ ਕਰਕੇ ਇਹਨਾਂ ਦੀਆਂ ਹੈਗੀਆਂ ਮਾਰੂ ਨੀਤੀਆਂ, ਅਸੀਂ ਸਰਕਾਰ ਨੂੰ ਆਏ ਹਾਂ ਜਗਾਉਣ। ਜੇ ਇਹ ਨਾ ਜਾਗੀ ਇਸ ਨੀਂਦ ਦੇ ਵਿੱਚੋਂ ਫਿਰ ਸਾਨੂੰ ਹੋਰ ਵੱਡੇ ਧਰਨੇ ਦੇਣੇ ਪੈਣਗੇ। ਇਸ ਮੌਕੇ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਸਰਕਾਰ ਦੀ ਸਾਜ਼ਿਸ਼ ਹੈ ਕਿ ਐਸਸੀ ਵਿਦਿਆਰਥੀ ਨਾ ਤਾਂ ਪੜ੍ਹ ਸਕਣਗੇ ਅਤੇ ਨਾ ਹੀ ਨੌਕਰੀ ਮੰਗ ਸਕਣਗੇ। ਚੰਡੀਗੜ੍ਹ ਤੋਂ ਅਜੀਤ ਵੈੱਬ ਟੀਵੀ ਲਈ ਸੁਰਿੰਦਰਪਾਲ ਸਿੰਘ ਦੀ ਰਿਪੋਰਟ। ਅੱਜ ਪੰਜਾਬ ਦੇ ਵਿਦਿਆਰਥੀ ਬੱਚੇ ਸ਼ਡਿਊਲ ਕਾਸਟ ਵਰਗ ਨਾਲ ਸੰਬੰਧਿਤ ਪੰਜਾਬ ਸਰਕਾਰ ਦੇ ਮੰਤਰੀ ਜਿਹੜੇ ਆਏ ਦਿਨ ਝੂਠ ਬੋਲਦੇ ਆ, ਸਾਧੂ ਸਿੰਘ ਧਰਮਸੋਤ, ਉਹਨਾਂ ਨੂੰ ਮਿਲਣ ਵਾਸਤੇ ਆਏ ਸੀ ਕਿ ਜਿਹੜਾ 327 ਕਰੋੜ ਰੁਪਈਆ ਕੇਂਦਰ ਦੀ ਸਰਕਾਰ ਨੇ 4 ਮਹੀਨੇ ਪਹਿਲਾਂ ਭੇਜਿਆ ਤਾਂ ਕਿ ਬੱਚਿਆਂ ਦੀ ਫੀਸਾਂ ਅਦਾ ਕੀਤੀਆਂ ਜਾਣ, ਉਹ ਸਾਰਾ ਪੈਸਾ ਕੇਂਦਰ ਸਰਕਾਰ ਦੁਆਰਾ ਭੇਜਿਆ ਪੰਜਾਬ ਸਰਕਾਰ ਖਾ ਗਈ ਆ, ਉਹ ਕਿਸੇ ਹੋਰ ਪਾਸੇ ਡਾਇਵਰਟ ਕਰ ਦਿੱਤਾ, ਪਤਾ ਨਹੀਂ ਗੁਰਦਾਸਪੁਰ ਦੀਆਂ ਚੋਣਾਂ 'ਚ ਖਰਚ ਦਿੱਤਾ, ਪਤਾ ਨਹੀਂ ਸ਼ਾਹਕੋਟ ਦੀਆਂ ਚੋਣਾਂ 'ਚ ਖਰਚ ਕਰ, ਲੇਕਿਨ 1 ਲੱਖ ਬੱਚੇ ਦਾ ਨੁਕਸਾਨ ਹੋਇਆ ਹੈ। 1 ਲੱਖ ਬੱਚਾ ਜਿਹੜਾ ਸ਼ਡਿਊਲ ਕਾਸਟ ਇਸ ਵਾਰੀ ਕਾਲਜਾਂ 'ਚ ਐਡਮਿਸ਼ਨ ਨਹੀਂ ਲੈ ਸਕਿਆ। ਸਰਕਾਰ ਠੀਕ ਹੈ, ਸਰਕਾਰ ਕਹਿੰਦੀ ਸੀ ਬੱਚਿਆਂ ਨੂੰ, ਨੌਜਵਾਨਾਂ ਨੂੰ ਘਰ ਘਰ ਸਰਕਾਰੀ ਨੌਕਰੀ ਦੇਣੀ ਹੈ। ਇਹ ਨਵੀਂ ਸਕੀਮ ਕੱਢੀ ਹੈ ਕਾਂਗਰਸ ਸਰਕਾਰ ਨੇ ਬਈ ਸ਼ਡਿਊਲ ਕਾਸਟ ਬੱਚਿਆਂ ਨੂੰ ਆਪਾਂ ਪੜ੍ਹਨ ਹੀ ਨਹੀਂ ਦੇਣਾ ਤਾਂ ਆਪਾਂ ਹੀ ਨੌਕਰੀ ਨਾ ਮੰਗਣਗੇ। ਇਹ ਬੜਾ ਵੱਡਾ ਅੱਤਿਆਚਾਰ, ਬੜੀ ਵੱਡੀ ਬੇਇਨਸਾਫੀ, ਜ਼ਿਆਦਤੀ ਕਾਂਗਰਸ ਕਰ ਰਹੀ ਹੈ ਪੰਜਾਬ ਦੇ ਵਿਦਿਆਰਥੀਆਂ ਨਾਲ। ਇਹ ਮੰਗ ਲੈ ਕੇ ਅੱਜ ਅਸੀਂ ਮਿਲਣ ਵਾਸਤੇ ਆਏ ਸੀ, ਲੇਕਿਨ ਮੰਤਰੀ ਜੀ ਪਤਾ ਨਹੀਂ ਘਰ ਹੀ ਆ, ਮਿਲੇ ਨਹੀਂ ਜਾਂ ਪਤਾ ਨਹੀਂ ਕਿੱਥੇ ਚਲ ਗਏ, ਮਿਲੇ ਨਹੀਂ। ਅਸੀਂ ਇਹ ਮੰਗ ਲੈ ਕੇ ਬੱਚਿਆਂ ਵੱਲੋਂ ਆਪਣੀ ਦਰਦ ਦੁੱਖ ਲੈ ਕੇ ਮੁਸ਼ਕਲ ਲੈ ਕੇ ਮਿਲਣ ਵਾਸਤੇ ਆਏ ਸੀ। ਇਹ ਸੰਘਰਸ਼ ਜਾਰੀ ਰਹੂਗਾ, ਇਹ ਜੰਗ ਜਾਰੀ ਰਹੂਗੀ ਬੱਚਿਆਂ ਦੀ। ਆ ਹੁਣ ਤਾਂ ਥੋੜ੍ਹੇ ਬੱਚੇ ਆਏ ਆ, ਜੇ ਪੈਸੇ ਜਾਰੀ ਨਾ ਕੀਤੇ ਤਾਂ ਸਾਰੇ ਪੰਜਾਬ ਦੇ ਵਿਦਿਆਰਥੀ ਇੱਥੇ ਚੰਡੀਗੜ੍ਹ 'ਚ ਆਉਣਗੇ। ਔਰ ਮੈਂ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਨੂੰ ਅਤੇ ਸਾਰੇ ਵਿਦਿਆਰਥੀਆਂ ਨੂੰ ਬੇਨਤੀ ਕਰੂੰਗਾ ਵੀ ਭਾਈ ਬੱਚਿਓ, ਆਪਣਾ ਹੱਕ ਲੈਣ ਲਈ ਇਹ ਜਿਹੜਾ ਪੈਸਾ 327 ਕਰੋੜ ਰੁਪਈਆ ਆ, ਇਹ ਪੰਜਾਬ ਸਰਕਾਰ ਦਾ ਨਹੀਂ ਹੈ, ਇਹ ਕੇਂਦਰ ਦੀ ਸਰਕਾਰ ਨੇ ਤੁਹਾਡੇ ਲਈ ਭੇਜਿਆ ਆ। ਜੇ ਤੁਸੀਂ ਚਾਹੁੰਦੇ ਆ ਕਿ ਤੁਸੀਂ ਪੜ੍ਹੋ, ਅੱਗੇ ਵਧੋ, ਤਾਂ ਫਿਰ ਡਟ ਕੇ ਸਰਕਾਰ ਦਾ ਮੁਕਾਬਲਾ ਕਰੋ ਅਤੇ ਥਾਂ ਥਾਂ 'ਤੇ ਪ੍ਰਦਰਸ਼ਨ ਵੀ ਕਰੋ ਤਾਂ ਕਿ ਸਰਕਾਰ ਮਜਬੂਰ ਹੋ ਜਾਵੇ ਤੁਹਾਡਾ ਜਿਹੜਾ ਪੈਸਾ ਖਾਧਾ ਉਹਨੂੰ ਵਾਪਸ ਕਰਨ 'ਤੇ।